ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ਦੇ ਵਿੱਚ ਬਾਈਕ ਤੇ ਸਵਾਰ ਹੋ ਕੇ ਆ ਰਹੇ ਪਤੀ ਪਤਨੀ ਨੂੰ ਕਾਰ ਚਾਲਕ ਨੇ ਪਿੱਛੋਂ ਮਾਰੀ ਟੱਕਰ, ਦੋਨੋਂ ਹੋਏ ਕਾਇਲ, ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ਦੇ ਵਿੱਚ ਬੀਤੀ ਰਾਤ ਬਾਈਕ ਤੇ ਸਵਾਰ ਹੋ ਕੇ ਆ ਰਹੇ ਪਤੀ ਪਤਨੀ ਨੂੰ ਇੱਕ ਕਾਰ ਚਾਲਕ ਵੱਲੋਂ ਪਿੱਛੋਂ ਟੱਕਰ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਬਾਈਕ ਸਵਾਰ ਪਤੀ ਪਤਨੀ ਬੁਰੀ ਤਰ੍ਹਾਂ ਨਾਲ ਕਾਇਲ ਹੋ ਗਏ, ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਜਣੇ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਬਾਈਕ ਤੇ ਸਵਾਰ ਹੋ ਕੇ ਦੋ ਜਣੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ, ਸੰਜੀਵ ਸਿਨੇਮਾ ਚੌਕ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ ਕਾਰ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਉਹ ਬੁਰੀ ਤਰ੍ਹਾਂ ਨਾਲ ਕਾਇਲ ਹੋ ਗਏ। ਕਾਇਲ ਹੋਣ ਤੋਂ ਬਾਅਦ ਉਹਨਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਦੇ ਦੌਰਾਨ ਇੱਕ ਜਣੇ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਹੁਣ ਕੀਤੀ ਜਾ ਰਹੀ ਹੈ। ਮੈਂ ਜੀ ਬਬਲੀ ਰਿਵਾੜੀ ਆ, ਵਾਰਡ ਨੰਬਰ 11 ਚੌਂਕ ਤੋਂ ਮੈਂ ਅੰਡੇ ਦੀ ਰੇੜੀ ਲਾਉਣਾ ਜੀ। ਹੁਣੇ ਇੱਕ ਰੰਗ ਚਿੱਟੇ ਰੰਗ ਦੀ ਗੱਡੀ ਲੰਘੀ ਹੈ, ਆਹ ਮੋਟਰਸਾਈਕਲ 'ਤੇ ਇੱਕ ਲੇਡੀਜ਼ ਅਤੇ ਇੱਕ ਜੈਂਟਸ ਹੈਗੇ ਸੀ, ਉਹਨਾਂ ਨੂੰ ਗੱਡੀ ਟੱਕਰ ਮਾਰ ਕੇ ਚਲੀ ਗਈ। ਲੇਡੀਜ਼ ਦਾ ਸਿਰ ਪਾੜ ਗਿਆ, ਬੰਦੇ ਨੂੰ ਹੋਸ਼ ਨਹੀਂ, ਉਹਨੂੰ ਹੁਣੇ ਹੁਣੇ ਟੈਂਪੂ 'ਚ ਪਾ ਕੇ ਨਹੀਂ ਸਿਵਲ ਹੋਸਪਿਟਲ ਲੈ ਕੇ ਗਏ। ਪਤਾ ਲੱਗਿਆ ਬੰਦਾ ਕਿੱਥੋਂ? ਨਹੀਂ ਹਾਲੇ ਨਹੀਂ ਪਤਾ ਲੱਗਿਆ, ਹੁਣ ਕੈਮਰੇ ਕੁਮਰੇ ਚੈੱਕ ਕਰਾਂਗੇ ਤਾਂ ਹੀ ਪਤਾ ਲੱਗਣਾ ਜੀ। ਬੁੜੀ ਰੋਈ ਜਾਂਦੀ ਸੀ, ਸਿਰ ਪਾਟੇ ਪਏ ਸੀ ਬੁੜੀ ਦਾ, ਅਤੇ ਵਿਚਾਰੀ ਬੜੀ ਪਰੇਸ਼ਾਨ ਸੀ। ਮੋਬਾਈਲ ਕਿਤੇ ਨੇ, ਆਹ ਮੋਟਰਸਾਈਕਲ ਖੜ੍ਹਾ ਲਾਲ ਰੰਗ ਦਾ, ਉਹ ਲੈ ਕੇ ਗਏ ਨਾ ਸਿਵਲ ਹੋਸਪਿਟਲ। ਇਸ ਚੌਂਕ 'ਤੇ ਹੁਣੇ ਦੀ ਗੱਲ ਹੈ, ਪੰਜ ਸੱਤ ਮਿੰਟ ਸਰਦਾਰ ਆਇਆ ਜੀ, ਇੱਕ ਸਰਦਾਰ ਜੀ ਹੈਗੇ, ਲੇਡੀਜ਼ ਹੈਗੀ ਹੈ ਜੋ। ਆਹ ਦੇਖੋ ਕਿਹੜਾ ਕਿਹੜਾ ਚੌਂਕ ਸੀ? ਆਹ ਸੰਜੀਵ ਸਿੰਘ ਬੱਤੀ ਵਾਲਾ ਚੌਂਕ, ਸੰਜੀਵ ਸਿਨੇਮਾ ਚੌਂਕ ਕਹਿੰਦੇ ਨੇ, ਬੱਤੀ ਵਾਲਾ ਚੌਂਕ ਫਾਜ਼ਿਲਕਾ ਜੀ। ਹਾਲਤ ਨਾਜ਼ੁਕ ਹੈ, ਹਾਲਤ ਲੱਗਦਾ ਜੀ ਨਾਜ਼ੁਕ ਹੀ ਹੈ ਜੀ। ਪਾਣੀ ਦੇ ਛਿੱਟੇ ਮਾਰ, ਪਾਣੀ ਪੂਣੀ ਦੇ ਛਿੱਟੇ ਮਾਰਨ ਲੱਗਦਾ। ਹਾਂਜੀ, ਕੀ ਨਾਮ ਆਪਣਾ? ਰਣਜੀਤ ਸਿੰਘ। ਕਿੱਥੋਂ ਜਾਣ? ਫਾਜ਼ਿਲਕਾ ਲੋਕਾਂ ਦੀ। ਤੁਹਾਡੇ ਕੀ ਲੱਗਦੇ ਜੀ ਨਾਲ ਐਕਸੀਡੈਂਟ? ਮੇਰੇ ਬ੍ਰਦਰ ਆ ਵੱਡੇ, ਭਾਬੀ ਜੀ ਨਾਲ ਇਹ ਆ ਰਹੇ ਸੀਗੇ ਰਿਸ਼ਤੇਦਾਰਾਂ ਤੋਂ ਮਿਲ ਕੇ, ਅਤੇ ਬੱਤੀਆਂ ਵਾਲੇ ਚੌਂਕ 'ਚ ਪਿੱਛੋਂ ਕਾਰ ਆਈ ਹੈ, ਉਹਨੇ ਪਿੱਛੋਂ ਮਾਰਤਾ, ਅਤੇ ਬਹੁਤ ਸਪੀਡ 'ਤੇ ਸੀ ਕਾਰ, ਔਰ ਪਿੱਛੋਂ ਠੋਕਰ ਮਾਰ ਕੇ ਅਤੇ ਨਿਕਲ ਗਈ। ਕੋਈ ਪਤਾ ਨਹੀਂ ਲੱਗਿਆ ਜੀ? ਪਤਾ ਨਹੀਂ ਗਿਆ ਕੌਣ ਸੀਗਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਤਾਂ ਫੋਨ ਆਇਆ, ਪਤਾ ਲੱਗਿਆ, ਅਤੇ ਅਸੀਂ ਫਟਾਫਟ ਲੈ ਕੇ ਹਸਪਤਾਲ ਆਏ। ਅਤੇ ਕਿਵੇਂ ਕੀ ਹਾਲਤ ਕਿਵੇਂ ਉਹਨਾਂ ਦੀ? ਹਾਲਤ ਹੁਣ ਭਾਈ ਸਾਹਿਬ ਦੀ ਤਾਂ ਕੰਡੀਸ਼ਨ ਥੋੜ੍ਹੀ ਜਿਹੀ ਲੱਗਦੀ ਹੈ, ਵੀ ਲੈ ਕੇ ਜਾ ਰਹੇ ਹਾਂ ਫਰੀਦਕੋਟ ਇਹਨਾਂ ਨੂੰ। ਇੱਥੋਂ ਰੈਫਰ ਕੀਤਾ ਉਹਨਾਂ ਨੂੰ ਜਾਂ ਆਪਣੇ ਆਪ? ਇਹਨਾਂ ਨੇ ਰੈਫਰ ਕੀਤਾ ਹੈ ਕਿ ਫਰੀਦਕੋਟ ਲੈ ਜੀ।